ਸਤਿ ਸ਼੍ਰੀ ਅਕਾਲ, ਨਮਸਤੇ ਅਤੇ ਸਲਾਮ ਅਦਾਬ ਦੁਨੀਆ ਭਰ ਵੱਸਦੇ ਸਾਰੇ ਪੰਜਾਬੀਆਂ ਨੂੰ ਕੇਵਲ ਸਿੰਘ ਪਾਲ ਵੱਲੋਂ ਅੱਜ ਇੱਕ ਖਾਸ ਪ੍ਰੋਗਰਾਮ ਲੈ ਕੇ ਆ ਕਿ ਅੱਜ ਦਿਹਾੜਾ ਵੀ ਹੈ ਜੀ, 11 ਨਵੰਬਰ ਹੈ ਜੀ, ਤਾਂ ਇਹ 11ਵਾਂ ਦਿਨ ਹੈ, 11ਵਾਂ ਮਹੀਨਾ ਹੈ ਜਦੋਂ ਕਿ ਸੈਕਿੰਡ ਵਰਲਡ ਵੋਰ ਦੀ ਸਮਾਪਤੀ ਹੋਈ ਸੀ। ਤਾਂ ਅਸੀਂ ਅੱਜ ਸਪੈਸ਼ਲ ਪ੍ਰੋਗਰਾਮ ਲੈ ਕੇ ਆ, ਜਿਹੜੇ ਕਿ ਬਾਬਾ ਸਦੀਕ ਜੀ ਨੇ ਮੈਨੂੰ ਇਹ ਸਾਰੀਆਂ ਵੀਡੀਓ ਭੇਜੀਆਂ ਨੇ। ਇਹ ਲੀਡਸ UK ਦੇ ਸ਼ਹਿਰ ਵਿੱਚ ਇਹੋ ਫੌਜੀਆਂ ਦਾ ਯਾਦਗਾਰ ਦਿਹਾੜਾ ਮਨਾਇਆ ਗਿਆ। ਹਾਂਜੀ, ਤਾਂ ਇਹਦੇ ਵਿੱਚ ਉਹਨਾਂ ਨੇ ਕਾਫੀ ਮਿਹਨਤ ਕਰਕੇ ਵੀਡੀਓ ਬਣਾਈ ਹੈ, ਤਾਂ ਮੈਂ ਹੁਣ ਵੀਡੀਓ ਪਾਉਂਦਾ ਜੀ, ਤਾਂ ਤੁਸੀਂ ਵੇਖਣਾ। ਜੇ ਅਗਰ ਤੁਸੀਂ ਤੁਹਾਨੂੰ ਇਹੋ ਪਸੰਦ ਹੋਵੇ ਵੀਡੀਓ ਲਾਈਕ ਕਰਨਾ, ਸ਼ੇਅਰ ਕਰਨਾ। ਹਾਂਜੀ, ਤਾਂ ਇਹ ਕਿਉਂਕਿ ਜੀ ਇਹ ਆਪਣੇ ਹਿੰਦੁਸਤਾਨ ਦੇ ਬਹੁਤ ਜ਼ਿਆਦਾ ਫੌਜ ਨੇ ਸੈਕਿੰਡ ਵਰਲਡ ਵਾਰ 'ਚ ਹਿੱਸਾ ਲਿਆ ਸੀ ਔਰ ਕਾਫੀ ਸ਼ਹੀਦ ਵੀ ਹੋਏ ਸਨ, ਮੁਸਲਮਾਨ, ਹਿੰਦੂ, ਸਿੱਖ ਸਾਰੇ ਜੀ। ਤਾਂ ਇਹ ਲੀਡ ਸ਼ਹਿਰ ਵਿੱਚ ਹਰ ਸਾਲ ਮਨਾਉਂਦੇ ਨੇ। ਅਗਲੇ ਸਾਲ ਅੱਜ ਹਰਸਫੀਲ ਵਿੱਚ ਵੀ ਹੋਇਆ, ਕੱਲ੍ਹ ਪਰਸੋਂ ਬ੍ਰੈਡਫੋਰਡ ਵਿੱਚ ਮਨਾਇਆ ਗਿਆ। ਹਾਂਜੀ, ਤਾਂ ਇਹ ਬੜੀ ਸ਼ਾਨ ਸ਼ੌਕਤ ਨਾਲ ਮਨਾਇਆ ਜਾਂਦਾ ਜੀ। ਤਾਂ ਜਿਹੜੇ ਪੱਪੀ ਹੁੰਦੇ ਨੇ, ਫਲਾਵਰ ਹੁੰਦੇ ਨੇ, ਉਹ ਵੀ ਉਹਦਾ ਉਸ ਦਿਨ ਨੂੰ ਵੰਡੇ ਜਾਂਦੇ ਨੇ। ਹਾਂਜੀ, ਤਾਂ ਮੈਂ ਹੁਣ ਵੀਡੀਓ ਪਾਉਂਦਾ ਜੀ। Gave their lives for our freedom and liberty. Rest in peace, my heroes. God bless you. Amen. Long live the king. Long live the great Britain. India ke mauka par shair e kashmir majh nizami sahab ke chand ek sher bayan karna chahta hu. Poppy day sanu ik dars danda aaye kadi na bhulda unnan ਕਦੀ ਨਾ ਭੁੱਲਦਾ ਲਹੂ ਉਹਨਾਂ ਜਵਾਨੀਆਂ ਦਾ ਜਿਹੜੇ ਮੁਲਕ ਦੀ ਖਾਤਰ ਕੁਰਬਾਨ ਹੋਏ, ਸਿਲਾ ਅਸਾਂ ਕੀ ਦੇ ਸਕਦੇ ਕੁਰਬਾਨੀਆਂ ਦਾ। ਫੁੱਲ ਚਾੜ ਕੇ ਸ਼ੁਦਾ ਕੀ ਯਾਦ ਉੱਤੇ ਕਰਦੇ ਅਦਬ ਇਤਰਾਮ ਨਿਸ਼ਾਨੀਆਂ ਦਾ। ਜ਼ਿੰਦਾ ਕੌਮਾਂ ਦਾ ਸ਼ੇਵਾ ਹੈ ਮਾਜਦ, ਆਪਣੇ ਹੀਰੋ ਨਹੀਂ ਭੁੱਲਦੇ ਜ਼ਮਾਨਿਆਂ ਦਾ। ਵਸਲਾਮ। के मौका पर आज लीड में मनक्कत की गई है, जिसमें मुझे और मेरे पोते जैन हुसैन को खुसूसी तौर पर मधु किया गया और हम हर साल की तरह जोश व जज्बे से शामिल हुए। आज के दिन जितने भी ब्रिटिश नेवी के जवानों ने जिस तरह इस वतन का दफा किया, जिसमें हमारे मौजूदा पाक व हिंद मुसलमानों, सिखों और हिंदू जवानों ने कुर्बानियाँ भी लाजवाल हैं। इस मौका पर मेरा फख्र से सर बुलंद है कि मेरे वाले साहब ने जो कुर्बानियाँ दी हैं वो आज इस धरती के माथे का जुमर हैं। मैं आज हीरो को खराज तहसीन पेश करता हूँ, जिनका लहू इस धरती की बुनियादों में शामिल है। मैं इन्हीं अल्फाज से अजाज रहूँगा। वसलाम। ਹਾਂਜੀ, ਇਹ ਫੋਟੋਆਂ ਖਿਚਾਈਆਂ ਜੀ ਇਹਨਾਂ ਨੇ ਬੜੇ ਬੜੇ ਅਫਸਰਾਂ ਦਾ, ਬਾਬਾ ਜੀ ਨੇ ਕਾਫੀ, ਦੇਖੋ ਕਿੰਨੇ ਇਹਨਾਂ ਦੇ ਹੈ ਨੇ, ਇਹਨਾਂ ਦੇ ਵਾਲਦ ਦੇ ਮਿਲਟਰੀ ਮੈਡਲ ਮਿਲੇ ਨੇ, ਇਹ ਵੀ ਇਹਨਾਂ ਦੇ ਰਿਸ਼ਤੇਦਾਰ ਖੜ੍ਹਾ ਇੱਧਰ ਜੀ। ਤਾਂ ਬਹੁਤ 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 ਸੋਹਣੀ ਇਹਨਾਂ ਨੇ ਵੀਡੀਓ ਭੇਜੀ ਹੈ। ਤਾਂ ਬਾਬਾ ਜੀ ਤੁਹਾਨੂੰ ਸਲਾਮ ਜੀ, ਤਾਂ ਬਹੁਤ ਅੱਛਾ ਕੀਤਾ ਜੀ ਇਹਨਾਂ ਨੇ। ਹਾਂਜੀ, ਹਾਂਜੀ, ਇਹ ਸਨ ਬਾਬਾ ਸਦੀਕ ਜਿਹੜੇ ਕਿ ਆਪਣੇ ਪਾਕਿਸਤਾਨ ਕਸ਼ਮੀਰ ਤੋਂ ਆਏ ਸਨ ਬਹੁਤ ਦੇਰ ਪਹਿਲਾਂ। ਇਹਨਾਂ ਦੇ ਬਜ਼ੁਰਗਾਂ ਵਿੱਚੋਂ
काफी सेकंड वर्ल्ड वॉर काफी लड़ाई पे गए सन थोड़ा बाबा जी तुसी बहुत सोहना बयान किया है बहुत सोहना लैक्चर किया बड़े पसंद आया थोड़ा बहुत बहुत शुक्रिया थोनू ये वीडियो पसंद आवे जरूर शेयर करना जी लाइक करना शेयर करना साडे फेसबुक से भी जाएगी तो साडे पेज नू भी लाइक करना है जी अगर तुसी पंजाबी विरसा चैनल नहीं सबसक्राइब की सबसक्राइब करो तो फेसबुक से सानू फॉलो भी करो है जी थोड़ा बहुत बहुत शुक्रिया जी